ਸਰ ਨੂੰ ਮੈਂ ਤੁਹਾਡਾ ਹਰਪ੍ਰੀਤ ਚੀਮਾ। ਅੱਜ ਆਪਾਂ ਚੱਲੇ ਹਾਂ ਬਈ ਗੁਰੀ ਕੇ ਅਪਾਰਟਮੈਂਟ 'ਚੋਂ। ਕਿਉਂ? ਕਿਉਂਕਿ ਮੇਰਾ ਕੱਲ੍ਹ ਨੂੰ ਸਵੇਰੇ 5 ਵਜੇ ਕੰਮ ਕੌਮਕਸ 'ਚੋਂ, ਅਤੇ ਨਾਲ ਇੱਕ ਹੋਰ ਗੱਲ, ਆਪਣਾ ਕੱਲ੍ਹ ਨੂੰ ਸਿਰਫ ਦਿਨ ਰਹਿ ਗਿਆ ਇੱਕ ਕਾਲਜ ਦਾ, ਯਾਨੀ ਕਿ ਸਮੈਸਟਰ ਦਾ, ਕਿਉਂਕਿ ਕੱਲ੍ਹ ਨੂੰ ਮੇਰਾ ਪੇਪਰ ਆ, ਫਿਰ ਉਹਦੇ ਵਿੱਚ ਆਪਾਂ ਵਿਹਲੇ। ਸੋ ਟੈਨਸ਼ਨ ਸਾਰੀਆਂ ਖਤਮ, ਫਿਰ ਟੈਨਸ਼ਨ ਨਿਬੜ ਜਾਣੀ ਜਿਵੇਂ ਬਾਈ ਦੀ, ਹੈ ਨਾ? ਅਤੇ ਫਿਰ ਇੱਕ ਟੈਨਸ਼ਨ ਰਹੀ ਨਹੀਂ ਰਿਜ਼ਲਟ ਰਿਜ਼ੁਲਟ ਦੀ, ਉਹ ਆਪਾਂ ਇੰਨੀ ਇੱਕ ਗੌਰ ਨਹੀਂ ਕਰੀਦੀ, ਕੋਈ ਚੱਕਰ ਵਾਲੀ ਗੱਲ ਨਹੀਂ। ਅਤੇ ਰਹੀ ਗੱਲ ਬਾਈ ਅੱਜ, ਹੁਣ ਜਾਵਾਂਗੇ ਕਾਲਜ ਪਹਿਲਾਂ, ਫਿਰ ਉੱਥੋਂ ਕੋਕਰੀ ਨਾਲ ਘਰ, ਫਿਰ ਸਵੇਰੇ ਕੰਮ 'ਤੇ, ਫਿਰ ਪੇਪਰ ਦੇ ਕੇ, ਫਿਰ ਇੰਜੋਏ ਕਰਾਂਗੇ ਕਿਉਂਕਿ ਲਾਸਟ ਡੇ ਆ, ਅਤੇ ਫਿਰ ਉਦੋਂ ਬਾਅਦ ਚੁੱਕ ਕੰਮ ਕਰਾਂਗੇ। ਅਤੇ ਹੁਣ ਆਪਾਂ ਬਈ ਚੱਲਦੇ ਹਾਂ ਕਾਲਜ। ਵੈਲ, ਕੋਈ ਗੱਲਬਾਤ ਸੁਣਾਓ ਬਾਈ। ਗੱਲਬਾਤ ਬਾਈ ਕੋਲ ਕੋਈ ਗੱਲਬਾਤ ਨਹੀਂ, ਕਿਉਂਕਿ ਬਾਈ ਦਾ ਪੇਪਰ ਅੱਜ ਹੋ ਗਿਆ। ਕਾਹਦਾ ਸੀਗਾ? ਮੈਥ ਦਾ। ਇਹ ਬਾਈ ਦਾ ਮੈਥ ਦਾ ਪੇਪਰ ਸੀ, ਪੂਰਾ ਹਫ਼ਤਾ ਬਾਈ ਜੱਜ ਕੇ ਪੜ੍ਹਾ, ਤੁਸੀਂ ਦੇਖਿਆ ਹੋਣੀ ਮੇਰੀਆਂ ਸਟੋਰੀਆਂ ਵਟਸਐਪ 'ਤੇ। ਬਸ ਅਤੇ ਹੁਣ ਬਾਈ ਜੀ ਆਪਾਂ ਵੇ ਟੂ ਕਾਲਜ, ਕਿਉਂਕਿ ਉੱਥੋਂ ਬੱਸ ਲਵਾਂਗੇ ਅਪਾਰਟਮੈਂਟ ਨੂੰ, ਅਤੇ ਫਿਰ ਆਪਾਂ ਜਾਵਾਂਗੇ ਉਹਨਾਂ ਦੇ ਘਰ ਕੱਲ੍ਹ ਨੂੰ। ਫਿਰ ਕੰਮ ਕਾਲਜ, ਦੈਨ ਸ਼ਾਮ ਨੂੰ ਕਰਾਂਗੇ ਪਾਰਟੀ। ਨਹੀਂ ਜੂਸ ਵਾਲੀ ਨਹੀਂ, ਦੂਜੀ ਵੀ ਨਹੀਂ, ਬਸ ਹਾਂ ਸਮਝ ਲਓ ਯਾਰ, ਆਪਾਂ ਕਰਾਂਗੇ ਲਾਲਿਆਂ ਵਾਲੀ ਪਾਰਟੀ। ਉਹਨਾਂ ਨਾ ਮੈਂ ਤਾਂ ਪੀਂਦਾ ਨਹੀਂ, ਨਹੀਂ ਇੱਕ ਇੱਕ ਘੁੱਟ ਲਾਊਂਗਾ, ਮੈਂ ਤਾਂ ਪਹਿਲਾਂ ਨਹੀਂ ਪਹਿਲਾਂ ਨਹੀਂ ਉਹ ਬਾਲਾ ਬਾਲਾ ਕਾਹ 'ਤੇ ਬੋਤਲ ਪੀ ਜਾਂਦੀ ਸੀ ਜਨਤਾ। ਸੋ ਬਾਈ ਮਿਲਦੇ ਹੈ ਕਾਲਜ, ਦਿਖਾਉਣਾ ਤੁਹਾਨੂੰ ਜਾ ਕੇ, ਪਰ ਮਾੜਾ ਜਿਹਾ ਅੱਜ ਕਾਲਜ ਦਾ ਕੀ ਮਾਹੌਲ ਹੈਗਾ, ਪੇਪਰਾਂ ਦਾ ਕੀ ਮਾਹੌਲ ਆ ਨਾ, ਉਹ ਦਿਖਾਉਣਾ ਤੁਹਾਨੂੰ, ਕਿਉਂਕਿ ਪਹਿਲਾਂ ਤੁਸੀਂ ਕਾਲਜ ਦੇਖਿਆ ਸੀ ਜਦੋਂ ਚੱਲੇ ਲੱਗੇ ਸੀ, ਸਮੈਸਟਰ ਸ਼ੁਰੂ ਹੋਇਆ ਸੀ। ਹੁਣ ਮਾਹੌਲ ਦਿਖਾਉਂਦੇ ਹੈਗੇ ਕਿ ਜਨਤਾ ਕਿਵੇਂ ਟੈਨਸ਼ਨ 'ਚ ਫਿਰਦੀ ਆ ਉੱਥੇ। ਹਾਂ ਤਾਂ ਬਈ ਆਪਾਂ ਬੈਠੇ ਅੱਜ ਆਪਾਂ ਨੌਰਥ ਵੇ ਨਾਲ ਕਾਲਜ ਦੇ ਵਿੱਚ, ਅਤੇ ਤੁਸੀਂ ਮੇਰੇ ਦੇਖ ਸਕਦੇ ਹੋ ਆਸ ਪਾਸ ਕੋਈ ਨਹੀਂ ਹੈਗਾ, ਇਕੱਲਾ ਬੈਠਾ ਮੈਂ, ਅਤੇ ਕੁਛ ਇਹ ਬੱਚੇ ਦੀ ਕਲਾਸ ਆ, ਬੱਚੇ ਤੁਸੀਂ ਕਲਾਸ ਲਾ, ਚਲੋ ਆਪਣੇ ਚਲੋ ਚੱਕ ਲਈ ਚਲੋ। ਬਈ ਯਾਰ ਕੋਈ ਨਹੀਂ ਹੈਗਾ ਨਾ, ਦੇਖੋ ਬਾਈ ਇਹ ਕਿਉਂ ਨਹੀਂ ਹੈਗਾ, ਇਹਦਾ ਕਾਰਨ ਤੁਹਾਨੂੰ ਮੈਂ ਦੱਸਦਾ, ਕਾਰਨ ਕਿਉਂਕਿ ਸਮੈਸਟਰ ਹੋ ਗਿਆ ਔਫ, ਬੱਚੇ ਚੜ੍ਹ ਗਏ ਕੰਮਾਂ ਕਾਰਾਂ 'ਤੇ, ਕੁਝ ਚੱਲ ਗਏ ਘਰਾਂ ਨੂੰ, ਅਤੇ ਕੁਝ ਕੁ ਵਿਹਲੇ ਹੈ ਨਹੀਂ ਉਹਨਾਂ ਕੋਲ ਕੰਮ ਕਰਨ, ਤਾਂ ਵਿਹਲੇ ਹੈ, ਅਤੇ ਕਾਲਜ ਹੁਣ ਅਸੀਂ, ਮੈਂ ਕਾਲਜ ਕੀ ਕਰਨਾ, ਮੈਂ ਸਿਰਫ ਵੀਡੀਓ ਬਣਾਉਣ ਆਇਆ ਸੀ ਕਾਲਜ, ਅਤੇ ਕੱਲ੍ਹ ਨੂੰ ਮੇਰਾ ਕੰਮ ਆ, ਅਤੇ ਮੇਰਾ ਵੀ ਬਸ ਕੱਲ੍ਹ ਨੂੰ ਲਾਸਟ ਡੇ ਆ, ਸਮੈਸਟਰ ਔਫ ਹੋ ਜਾਣਾ ਗਾ। ਅਤੇ ਬਸ ਬਾਈ ਥੋੜ੍ਹੀ ਇਨਫੋਰਮੇਸ਼ਨ ਹੋਰ ਦੇਣਾ ਤੁਹਾਨੂੰ ਐਗਜ਼ਾਮ ਬਾਰੇ, ਅਤੇ ਉਹ ਗੱਲਾਂ ਆਪਾਂ ਥੋੜ੍ਹੀਆਂ ਤੁਰ ਕੇ ਕਰਾਂਗੇ। ਹੁਣ ਆਪਾਂ ਗੱਲ ਕਰ ਲੈਂਦੇ ਹਾਂ ਐਗਜ਼ਾਮ ਬਾਰੇ, ਹੈ ਨਾ? ਕਾਲਜ ਆਏ ਹਾਂਗੇ, ਮੈਂ ਕਿਹਾ ਚਲੋ ਕੁਛ ਇਨਫੋਰਮੇਸ਼ਨ ਐਗਜ਼ਾਮ ਬਾਰੇ ਦੇ ਦਈਏ। ਐਗਜ਼ਾਮ ਵੀਰੇ ਇੱਥੇ ਹੁੰਦੇ ਆ ਕਿ ਡਿਪੈਂਡ ਕਰਦਾ ਤੁਹਾਡਾ ਸਬਜੈਕਟ ਕਿਹੜਾ, ਯਾਨੀ ਕਿ ਕੋਰਸ ਕਿਹੜਾ, ਹੈ ਨਾ? ਜਿਵੇਂ ਤੁਸੀਂ ਐਗਜ਼ਾਮਪਲ ਲੈ ਲਓ ਕਿ ਜਿਹੜੇ ਛੋਟੇ ਲੈਵਲ ਦੇ ਕੋਰਸ ਆ, ਜਿਹਨੂੰ ਆਪਾਂ ਮੈਥ ਸਭ ਕੋਰਸ ਕਹਿ ਦਿੰਦੇ ਹਾਂ, ਵੱਡੇ ਕੋਰਸ ਨੂੰ ਕਰਨ ਵਾਸਤੇ ਉਹਨਾਂ ਦੇ ਇਕੱਲੀਆਂ ਅਸਾਈਨਮੈਂਟਸ ਹੁੰਦੀਆਂ, ਕੁਛ ਕੁ ਕੋਰਸ ਐਵੇਂ ਦੇ ਹੁੰਦੇ ਜਿਹਨਾਂ ਦੀ ਅਸਾਈਨਮੈਂਟਸ ਹੁੰਦੀਆਂ, ਪ੍ਰੈਜੈਂਟੇਸ਼ਨ ਹੁੰਦੀਆਂ, ਪਲੱਸ ਆਪਣੇ ਪੇਪਰ ਵੀ ਹੁੰਦੇ ਆ, ਅਤੇ ਉਹਨਾਂ 'ਚ ਥੋੜ੍ਹਾ ਜਿਹਾ ਭਜੀਕੜ ਪੈ ਜਾਂਦਾ ਗਾ। ਜਿਵੇਂ ਕਈ ਸਬਜੈਕਟ ਹੈਗੇ ਜਾਂ ਐਂਥਰੋਪੋਲੋਜੀ ਹੈਗਾ, ਉਹ ਬਹੁਤ ਵਧੀਆ ਸਬਜੈਕਟ ਆ, ਉਹਦੇ ਇਕੱਲੇ ਐਗਜ਼ਾਮ ਆ, ਕੋਈ ਅਸਾਈਨਮੈਂਟ ਨਹੀਂ, ਕੋਈ ਪ੍ਰੈਜੈਂਟੇਸ਼ਨ ਨਹੀਂ, ਐਗਜ਼ਾਮ ਕੁਇਜ਼ ਹੁੰਦੇ ਆ, ਉਹ ਤੁਸੀਂ ਨਕਲ ਮਾਰ ਕੇ ਕਰ ਸਕਦੇ ਹੋ, ਪੜ੍ਹ ਕੇ ਕਰ ਸਕਦੇ ਹੋ, ਓਨੈਸਟਲੀ ਸੇ ਜ਼ਿਆਦਾਤਰ ਨਕਲ ਮਾਰ ਕੇ ਕਰ ਦੀ ਜਾਂਦਾ ਇੱਥੇ। ਟੀਚਰ 'ਤੇ ਡਿਪੈਂਡ ਕਰਦਾ? ਹਾਂ ਇਹ ਡਿਪੈਂਡ ਕਰਦਾ, ਟੀ ਇੰਸਟਰਕਟਰ 'ਤੇ ਡਿਪੈਂਡ ਕਰਦਾ ਕਿ ਕਿਵੇਂ ਦਾ ਗਾ, ਕੋਈ ਨਕਲ ਮਰਵਾਉਣ ਦਾ, ਕੋਈ ਮਾਰਨ ਦਾ, ਕੁਝ ਪਤਾ ਨਾ ਬਈ ਇੰਨੇ ਕੁ ਸਿਆਣੇ ਆ, ਜੇ ਤੁਹਾਨੂੰ ਦੇਖ ਰਿਹਾ ਨਾ ਕਿ ਕੋਈ ਬੱਚਾ ਮੋਬਾਈਲ ਤੋਂ ਕਰ, ਉਹਨੂੰ ਸਿੱਧਾ ਕਹਿ ਦੇਣਾ ਔਖੇ ਨਾ ਹੋ, ਚੱਕ ਕੇ ਮੋਬਾਈਲ ਉੱਤੇ ਧਰ ਲਓ, ਇੰਨੇ ਕੁ ਸਿਆਣੇ ਆ। ਅਕਾਊਂਟਸ 'ਚ ਹੋਇਆ ਸੀ ਕਿਵੇਂ ਇੱਥੇ ਐਤਕੀ, ਅਤੇ ਬਾਕੀ ਬਈ ਬੇਸਿਕਲੀ ਆਹ ਜੋ ਹੈ ਨਾ, ਇਹਨਾਂ ਦਾ ਕੋਈ ਕਹਿੰਦੇ ਜਿਵੇਂ ਪੂਜਦੇ ਆ ਇਹਨੂੰ, ਅਤੇ ਸਾਨੂੰ ਮਤਲਬ ਵੈਸੇ ਹਿਸਟਰੀ ਦਾ ਪਤਾ ਨਹੀਂ, ਨੈਕਸਟ ਵੀਡੀਓ ਜ਼ਰੂਰ ਤੁਹਾਨੂੰ ਮੈਂ ਐਕਸਪਲੋਰ ਕਰੂੰਗੀ ਜੀ, ਕੋਈ ਵੀ ਕੋਰਸ ਮਤਲਬ ਕੋਈ ਵੀ ਸਬਜੈਕਟ ਪਿੱਕ ਕਰਨਾ ਗਾ, ਕਮ ਸੇ ਕਮ ਤੁਸੀਂ 5 ਸਮੈਸਟਰ, ਜਿਵੇਂ ਤੁਹਾਡਾ 1 ਸਮੈਸਟਰ ਹੋ ਜੀ, ਜਿਹੜੇ 5 ਸਬਜੈਕਟ ਨੇ ਉਹਦੇ ਵਿੱਚ 2 ਸਬਜੈਕਟ ਕਮ ਸੇ ਕਮ ਇਹੋ ਜਿਹੇ ਰੱਖਿਓ ਜਿਹਦੀਆਂ ਇਕੱਲੀਆਂ ਅਸਾਈਨਮੈਂਟਸ ਹੋਣ, ਅਤੇ ਤੁਹਾਨੂੰ ਔਖਾ ਨਾ ਹੋਵੇ ਕੋਰਸ ਪਾਸ ਕਰਨ ਦੇ ਵਿੱਚ, ਤਾਂ ਕਿ ਹੌਸਲਾ ਮਿਲਦਾ ਰਹੇ, ਜੇ ਤੁਹਾਡੇ 5 ਦੇ ਵਿੱਚ 4 ਵੀ ਪਾਸ ਹੁੰਦੇ ਆ ਤਾਂ ਨੋਟ ਅ ਬੈਡ ਥਿੰਗ, ਕਮ ਤੁਸੀਂ 4 ਕਰ ਲਏ ਨਾ ਬਹੁਤ ਆ, ਇੱਕ ਫੇਲ ਹੋ ਗਏ ਕੋਈ ਚੱਕਰ ਨਹੀਂ, ਅਗਲੀ ਵਾਰੀ ਫਿਰ ਰੱਖ ਲਿਓ, ਕੋਈ ਪਹਿਲੇ ਸਮੈਸਟਰ 'ਚੋਂ ਹਰੇਕ ਦੇ ਬ੍ਰੇਕ ਲੱਗਦੇ ਆ। ਮੇਰਾ ਕੀ ਹੈ, ਮੈਂ ਤਾਂ ਜੀ ਪੇਪਰ ਦਿੱਤੇ ਆ, ਕੱਲ੍ਹ ਨੂੰ ਮੇਰਾ ਇੱਕ ਅੰਗਰੇਜ਼ੀ ਦਾ ਗਾ ਫਾਈਨਲ, ਅਤੇ ਉਦੋਂ ਬਾਅਦ 'ਚ ਆਪਾਂ ਫ੍ਰੀ ਹਾਂ ਸਮੈਸਟਰ ਔਫ ਆਪਣਾ, ਅਤੇ ਬੇਸਿਕਲੀ ਇੰਨਾ ਵਧੀਆ ਸ਼ਾਂਤ ਮਾਹੌਲ ਹੈਗਾ, ਵੀਡੀਓ ਬਣਾਉਣ 'ਚ ਬਹੁਤ ਸਵਾਦ ਆ ਰਿਹਾ, ਅਤੇ ਜੇਕਰ ਤੁਸੀਂ ਮਾਹੌਲ ਦੇ ਹੋ ਸਾਈਡ 'ਤੇ ਕਿੰਨਾ ਵਧੀਆ ਹੈਗਾ।
ਲੋ ਬਈ ਆਪਾਂ ਪਹੁੰਚ ਚੁੱਕੇ ਹੁਣ ਕੋਕਰੀ ਹਰਾਂ ਕੋਲੇ। ਕੋਕਰੀ ਸੇ ਹਾਏ, ਬੰਬੇ ਸੇ ਹਾਏ, ਬੰਬੇ ਤੇਰੀ ਚਾਲ ਮਸਤਾਨੀ, ਬੰਬੇ ਤੇ ਫੋਕਸ ਕੀਤਾ ਜਾ ਰਿਹਾ ਪੂਰਾ। ਬੰਬੇ ਪਿੱਛੇ ਦੇਖੀ, ਬੰਬੇ ਵਨ ਪੋਸ ਬਾਈ, ਜਿਹੜਾ ਉਹ ਸਾਹਮਣੇ ਬੰਦਾ ਜਾ ਰਿਹਾ ਨਾ ਉਹਦਾ ਨਾਮ ਹੈ ਬੰਬੇ। ਇਹ ਹੈਗਾ ਬਾਈ ਰੋਡ ਹੈਗਾ ਗੁਥਰੀ, ਅਤੇ ਸਾਡੇ ਇੱਧਰਲੇ ਪਾਸੇ ਹੈਗਾ ਕੁਆਲਿਟੀ ਫੂਡ, ਜੋ ਕਿ ਬਹੁਤ ਨੇੜੇ ਪੈਂਦਾ ਸਾਡੇ ਘਰ ਇੱਧਰ ਅਪਾਰਟਮੈਂਟ ਤੋਂ, ਪਰ ਫਿਰ ਵੀ ਜਨਤਾ ਇੰਨੀ ਘੌਲੀ ਆ ਆਉਂਦੀ ਨਹੀਂ ਹੈਗੀ ਸਮਾਨ ਸਮੂਨ ਲੈਣ ਕਈ ਵਾਰੀ। ਅਤੇ ਇੱਧਰਲੇ ਸਾਹਮਣੇ ਆਹ ਰੋਡ 'ਤੇ ਮੇਰਾ ਮੈਕਡੋਨਲਡ ਹੈਗਾ ਜਿੱਥੇ ਸਵੇਰੇ ਸ਼ਿਫਟ ਆ ਆਪਣੀ, ਅਤੇ ਇਸ ਤੋਂ ਬਾਅਦ 'ਚ ਫਿਰ ਆਪਾਂ ਪੇਪਰ ਪਰਮੇਸ਼ਵਰ ਹੁਣ ਸੁਣਿਆ ਬਈ। ਆਪਾਂ ਚੱਲੇ ਹਾਂ ਕੰਮ 'ਤੇ, ਟਾਈਮ ਹੋ ਗਿਆ 4:30 ਵਜੇ ਪਹੁੰਚਣਾ ਹੈਗਾ, ਤਾਂ ਨੇੜੇ ਆ, ਚਲੋ ਫਿਰ ਵੀ ਟਾਈਮ ਨਾਲ ਤੁਰਨਾ ਵਧੀਆ ਹੁੰਦਾ ਹੁਣ। ਅਤੇ ਕੰਮ ਤੋਂ ਬਾਅਦ ਅੱਜ ਟਾਈਮ ਨਾਲ ਕੰਮ ਤੋਂ ਆ ਵੀ ਜਾਣਾ, ਕਿਉਂਕਿ ਕੰਮ ਖਤਮ ਹੋਣ ਦੇ ਅੱਧੇ ਘੰਟੇ ਬਾਅਦ ਹੀ ਪੇਪਰ ਆ, ਫਿਰ ਤੁਹਾਨੂੰ ਪਤਾ ਟਾਈਮ ਨਾਲ ਪਹੁੰਚਣਾ ਵੀ ਆ। ਸੋ ਆਜੋ ਬਾਕੀ ਅਤੇ ਸ਼ਿਫਟਾਂ ਦੇ ਰੋਲ ਅੱਗੇ ਜਵਾ ਕੇ ਮਿੱਤਰੋ, ਟਰਾਲੀ ਨੂੰ ਤਾਂ ਜਿਵੇਂ ਕਦੇ ਬੈਗ ਵੀ ਨਹੀਂ ਲਾਇਆ, ਹੁਣ ਕਦੇ 53 ਫੁੱਟਾਂ ਬੈਗ ਮਿੱਤਰੋ, ਉਲਟ ਤੇ ਘੁੰਮਦਾ ਸੀ ਇਕੱਲਾ ਚੌੜਾ ਹੋ ਕੇ ਹੁਣ। ਸਭ ਤੋਂ ਵਧੀਆ ਕੰਮ ਹੈਗਾ ਬਾਈ ਜਿੱਥੇ ਤੁਸੀਂ ਤੁਰ ਕੇ ਪਹੁੰਚ ਸਕੋ, ਉਹ ਕੰਮ ਬੈਸਟ ਹੈ ਤੁਹਾਡੇ ਲਈ। ਕਿਉਂ? ਖੇਚਲ ਕੋਈ ਨਹੀਂ, ਨਾ ਗੱਡੀ ਦਾ ਖਰਚਾ, ਨਾ ਤੁਰ ਕੇ ਜਾਣ ਦਾ, ਆਈ ਮੀਨਸ ਨਾ ਗੱਡੀ ਦਾ ਖਰਚਾ, ਨਾ ਬੱਸ ਦਾ ਖਰਚਾ, ਤੁਰ ਕੇ ਮਿਲ ਜਾਓ। ਗਈ ਸ਼ਿਫਟ ਅਤੇ ਹੁਣ ਚੱਲਦੇ ਹਾਂ ਕਾਲਜ ਨੂੰ, ਅਤੇ ਚਲੋ ਫਿਰ ਕਾਲਜ। ਕੋਕਰੀ ਅੱਜ ਫਿਰ ਤੇਰੇ 2 ਪੇਪਰ ਨੇ ਹਨਾ, ਮੈਂ ਦੂਰੋਂ ਵੇਖਦਾ, ਮੈਂ ਕੋਕਰੀ ਕਿੱਥੇ ਲੁਕਿਆ ਫਿਰਦਾ ਵਾ। ਕੋਕਰੀ ਅੱਜ ਖੋਡੀ 'ਚ ਬੜਾ ਫਿਰਦਾ, ਤਿੰਨ ਹਜ਼ਾਰ
ਲਾ ਲੈਦਾ ਕਿਵੇਂ 3000 ਪੇਪਰ ਕਿਹੜਾ ਪੱਕੇ ਜੋੜ ਬਾਬੇ ਕਲਾਸ ਲਾ ਰਹੇ ਜੀ ਮੇਰਾ ਦਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨੇ ਹਾਂ ਹੁਣ ਆਪਾਂ ਕਿਹੜੇ ਕਮਰੇ 'ਚ ਵੜਦੇ ਦੋ ਦੋਵੇਂ ਕਲਾਸਾਂ ਲਾਂਭਾ ਆ ਗਿਆ ਇੱਧਰਲੀ 'ਚ ਵੀ ਆ ਗਿਆ ਇੱਧਰਲੀ 'ਚ ਵੀ ਆ ਗਿਆ ਕਹਿੰਦੇ ਜਨਤਾ ਹਟਦੀ ਆ ਬਾਈ ਨੂੰ ਗੇਮ ਦੀ ਅੱਗ ਲੱਗੀ ਹੋਇਆ ਨਹੀਂ ਦੋ ਘੜੀ ਪੜ੍ਹ ਲਈਏ ਪੜ੍ਹਦਾ ਤੂੰ ਕਿੰਨਾ ਕੁ ਪੜ੍ਹ ਲਿਆ ਤੈਨੂੰ ਵੀਡੀਓ ਬਣਾਉਣ ਦੀ ਅੱਗ ਲੱਗੀ ਆ ਤੇਰਾ ਵੀ ਅੰਗਰੇਜ਼ੀ ਦਾ ਇੰਗਲਿਸ਼ ਦਾ ਅੰਗਰੇਜ਼ੀ ਦਾ ਹੀ ਹੈ ਬਾਈ ਦਾ ਫਿਰ ਹੋ ਜਾਵਾਂਗੇ ਪਾਸ ਬਾਈ ਪਾਸ ਹੋ ਜਾਵਾਂਗੇ ਆਪਾਂ ਬਾਈ ਚਲੋ ਤੁਸੀਂ ਬਾਈ ਜੀ ਕੋਕਰ ਤੋਂ ਤਾਂ ਰਹਿਣ ਦੇ ਕਿਉਂਕਿ ਤੇਰੇ ਦੋ ਆ ਯਾਰ ਦੇਖ ਦੋ ਪੇਪਰ ਥੋੜ੍ਹੇ ਜਿਹਾ ਦੇਣੇ ਇੱਕ ਦਿਨ 'ਚੋਂ ਔਖੇ ਆ ਛੱਡ ਛੱਡ All right, everybody, yes, please turn off your phone. You can keep your cell phone on your desk. ਬਾਈ ਜੀ ਪੇਪਰ ਨਿਬੜ ਗਏ ਹੋ ਗਏ ਵਿਹਲੇ ਵਿਹਲੇ ਹੋ ਗਏ ਹਾਂ ਤੈਨੂੰ ਲੈ ਚੱਲੀਏ ਸਰੀ ਚੱਲਾਂਗੇ ਬਾਈ ਜ਼ਰੂਰ ਕੁਕਰੀ ਹੌਂਸਲਾ ਰੱਖ ਕੋਈ ਨਹੀਂ ਕੋਈ ਨਹੀਂ ਲਾ ਭੈਣ ਚੋ 1500 ਸਹੀ ਹਾਂ ਦੇਖ ਫਿਰ ਚਾਰ ਮਹੀਨੇ 1500-1500 ਕਰਕੇ ਕਮਾਉਣੇ ਆ ਐਂ ਲੱਗੇ ਹੋ ਬਾਈ ਪੇਪਰ ਨਿਬੜ ਗਏ ਕਿਵੇਂ ਲੱਗ ਰਿਹਾ ਚਲੋ ਵਧੀਆ 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 ਬਈ ਪੇਪਰ ਗਏ ਨਿਬੜ ਅਤੇ ਰਿਜ਼ਲਟ ਰਹਿ ਗਏ ਸਾਡੇ ਦੋ ਕੁ ਪੇਪਰਾਂ ਦਾ ਅਤੇ ਜਿਨ੍ਹਾਂ ਦੇ ਮਿਲੇ ਆ ਬਸ ਉਹਨਾਂ ਦਾ ਥੋੜ੍ਹਾ ਜਿਹਾ ਹੱਦ ਤੱਕ ਪੋਜ਼ਿਟਿਵ ਚੱਲੀ ਜਾਂਦਾ ਅਤੇ ਕੁਝ ਕਦੇ ਫੱਫੇ ਲੱਗ ਚੁੱਕੇ ਨੇ ਅਤੇ ਕੁਝ ਕਦੇ ਪਤਾ ਹੈ ਨਹੀਂ ਅਤੇ ਬਾਈ ਜੀ ਤੁਹਾਡਾ ਕੀ ਐਕਸਪੀਰੀਅੰਸ ਰਿਹਾ ਪਹਿਲੇ ਮਤਲਬ ਕਿਹੜਾ ਦੂਜਾ ਮੈਟਰ ਐਕਸਪੀਰੀਅੰਸ ਇੱਦਾਂ ਕਿ ਪੜ੍ਹ ਲਓ ਤਾਂ ਪਾਸ ਹੋ ਜੂੰਗੇ ਇੱਥੇ ਤਾਂ 49% ਨਾਲ ਹੀ ਫੇਲ ਕਰ ਦਿੰਦੇ ਆ ਦੇਖ ਲਓ ਬਾਈ ਜੇ ਤੁਹਾਡੇ 49.5 ਵੀ ਨੇ ਨਾ ਤਾਂ ਵੀ ਫੇਲ ਹੋ ਬਸ ਸਮਝ ਲਓ ਅਤੇ ਉਹ ਬਾਈ ਵੀ ਥੋੜ੍ਹਾ ਜਿਹਾ ਸੋਕ 'ਚ ਪਰ ਉੱਦਾਂ ਪਰਫੋਰਮੈਂਸ ਵਧੀਆ ਉਹਦੇ ਘਰਦਿਆਂ ਦੇ ਕਹਿਣ ਕਹਿਣੀ ਉਹ ਕਹਿੰਦੇ 5 ਸਬਜੈਕਟ 4 ਨਿਕਲ ਗਏ ਬਹੁਤ ਨੇ ਕੋਈ ਚੱਕਰ ਨਹੀਂ ਇੱਕ ਪਿੱਛੇ ਨਾ ਰੋ ਚਲੋ ਕੋਈ ਨਾ ਬਾਕੀ ਇੱਦਾਂ ਹੀ ਆ ਖਾਓ ਪੀਓ ਹਾਂਜੀ ਹਾਂਜੀ ਬਾਈ ਆਪਣੇ ਬਾਈ ਦੀ ਪਹਿਲਾਂ ਪੱਗ ਦੇਖੋ ਸੋਹਣੀ ਕਿਵੇਂ ਬਾਈ ਤੇਰਾ ਕੀ ਬਣਦਾ ਆਪਣੇ ਬਾਈ ਟਾਪੂ ਲੱਗਣੇ ਆ ਪਤਾ ਭਾਈ ਕੀ ਰਾਏ ਦੇਣਾ ਚਾਹੋਗੇ ਤੁਸੀਂ ਬਾਈ ਦੇਖੋ ਪੜ੍ਹਨਾ ਜਿਹਨੇ ਪੜ੍ਹਨਾ ਪੜ੍ਹਨ ਵਾਲੇ ਨੇ ਪੜ੍ਹ ਲੈਣਾ ਨਹੀਂ ਤਾਂ ਪੜ੍ਹਨਾ ਨਹੀਂ ਪੜ੍ਹਨਾ ਭੈਣ ਦੇਖੋ ਹੁਣ ਤੁਸੀਂ ਬਾਈ ਦੀਆਂ ਗੱਲਾਂ ਸਮਝ ਸਕਦੇ ਹੋ ਇਹ ਬਾਈ ਕਿਹਦੇ ਹੱਕ 'ਚੋਂ ਹੈ ਨਹੀਂ ਪੜ੍ਹਨਾ ਕਿਉਂ ਇਹਨੇ ਕਿੰਨੇ ਵਾਰੀ ਯੂਜ਼ ਕੀਤਾ ਬਟ ਨਹੀਂ ਪੜ੍ਹਨਾ ਨਹੀਂ ਪੜ੍ਹਨਾ ਅਤੇ ਬਾਕੀ ਆ ਬਾਈਆਂ ਨੂੰ ਬਹੁਤ ਬਹੁਤ ਤੁਹਾਨੂੰ ਖੁਸ਼ਖਬਰੀ ਹੈ ਬਾਈ ਦੀ ਕਿ ਪਾਸ ਹੋਈ ਜਾਂਦਾ ਹੁਣ ਤੱਕ ਅਤੇ ਹੁਣ ਤੱਕ ਬਈ ਟੱਪੜੂ ਕਰ ਗਿਆ ਨਹੀਂ ਇੱਕ ਚੱਲ ਅਤੇ ਸਾਪੜੀ ਦੇ ਕਿੰਨੇ ਪੈਸੇ ਪੜ੍ਹਾਉਂਦੇ ਉਹ ਸੇਮ ਹੀ ਹੈ ਕੋਰਸ 1500-1600 ਦੇ ਵਿੱਚ ਵਿੱਚ ਹੈ ਬਾਈ ਅਤੇ ਬੰਬੇ ਤੇਰਾ ਕਿੰਨਾ 'ਚ ਲੱਗਣਾ ਇੱਕ 'ਚ ਲੱਗ ਗਿਆ ਬਾਈ ਦਾ ਇੱਕ ਚੁਲਾ ਗਿਆ ਬਾਈ ਅਤੇ ਬਾਈ ਟੈਨਸ਼ਨ ਨਹੀਂ ਲੈਂਦਾ ਅਤੇ ਸਾਡੇ ਨਾਲ ਇੱਥੇ ਆ ਗਿਆ ਹਾਂ ਆਪਣੇ ਰਿਵਿਊ ਦੇਣਗੇ ਬਸ ਸਮਝ ਲਓ ਜਿਵੇਂ ਤੁਹਾਨੂੰ ਸਮਝ ਲੱਗੀ ਹੈ ਓਕੇ ਚਲੋ ਆਪਾਂ ਗੱਲਾਂ ਕਰਦੇ ਹਾਂ lots of assignments to be done and how many subjects you have failed that's not a matter man winning and losing is a part of game right so, yeah so winning and losing is a part of game we just have enjoy of fun yeah so really what about you guys how much course you took in this last semester I've taken 5 5 you are rushing the game right now right no just okay I'm waiting for my results so have you ever get the result from any course like any assignments yeah, what about your performance in assignments
Yeah, it was pretty good. So, what about you? Honestly say about me, I like feeling problem in the philosophy. Okay. I have 5 courses and another all other back, good one. So I have some problem with the philosophy, I don't know what the result is. So you are doing philosophy, Yeah. Yeah, and a philosophy and other subjects, but overall his experience is very good. Yeah. And living in this country and very nice. What is the experience about your semester? Well, it was pretty good experience. Yeah, we glad to like came here and we learned so many things. And yeah, it was just amazing. So yeah, even new students are coming. We are just inspiring them and the things which we have learned in this particular subject. So so yeah, it's good. Nice one. Yeah. Yes, very nice one. Ajay, show me your poster. Yeah, this is my poster on e-commerce. Your exam's over? Yeah. How you feel? Good. You're good? Yeah. And have you tensed about the result? Yeah, very tense about the result. You have to be tensed about the result. And what about you? What about my assignment? How much you got in the English? See, I got you. Oh, it's good. You got a pass. It's very good. Yeah. Okay, guys. Have a nice talk with you all. Have a nice semester. I will hope you get a second semester also. See you, boy. Yeah. बढ़िया भाई बढ़िया हो कैम हो बाहर ठीक किधर चले बाहर से कोई नहीं कोर्स चेंज करा गए हैं हो गया केड़ा करा लगे आर्ट्स कौन पड़े पहला केड़ा थी भाई जी पहले दो चेंज कराए पहले एसोसिएट ऑफ साइंस वे वेब डिजाइनर कर उन आर्ट्स वाह भाई यार कोर्स तो भाई बदलता यार अगली बारी भी बदलना अगली बारी कर रख लेना हर बारी हर सेमेस्टर चेंज करना सारे ने सवाल लेना देखी हॉस्पिटैलिटी रखनी चलो बढ़िया बढ़िया भाई किधर बाहर कोई नहीं भाइयों के सुनदे विचार ਕੰਮ ਆਜੂਗਾ ਦਾਨ ਪੁੰਨ ਵੀ ਕਰ ਲਿਆ ਕਰੋ ਦੋਸਤ ਪੁਰਾਣੀ ਪੰਤਾਲੀ ਸੌ ਕਿਹੜਾ ਭਰੂ ਚੈੱਕ ਕਰਨ ਨੂੰ ਕਹਿੰਦਾ ਇਹ ਕੋਕਰੀ ਦੀ ਬਿਰਲੇ ਨਾਲ ਬੈਠ ਲੱਗਦੀ ਚਲੇ ਆਪਣੀ ਕਿਸਮਤ ਪੈਂ ਝੁੱਡੂ ਕੀ ਕਰੂ ਬਨ ਬੀਟੇ ਦਾ ਦੁੱਧ ਸਹੀ ਗੱਲ ਆ ਤੂੰ ਇਹਦੀ ਗਲਤੀ ਆ 40% ਪਾਸ ਕਰ ਦਿੱਤੀ ਜੀ 33 ਆਪਣੇ ਮਾੜੀ ਇੰਡੀਆ ਜਿੰਦਾਬਾਦ ਭੈਣ ਤੇ 33 ਦੇ 50 ਚੱਲ ਚੱਲ ਕੇ ਚਾਹੀਦਾ ਹੀ ਆ ਨਾ ਯਾਰ 40 ਘੱਟ ਪਾ ਦੇ ਯਾਰ ਕੋਕਰੀ ਨੂੰ ਧਰਨਾ ਦੇਊਗਾ ਇੱਥੇ ਖੜ ਕੇ ਕੋਕਰੀ ਅੰਦੋਲਨ ਸਟਾਰਟ ਕਰਨਾ 33% ਵਾਲਾ ਪਾਸ ਥੈਂਕ ਯੂ ਸੋ ਮਚ ਵਾਚਿੰਗ ਮਾਈ ਵਲੋਗ ਜੇ ਵਧੀਆ ਲੱਗਾ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਅਤੇ ਹੋਰ ਵੀਡੀਓ ਦੇਖਣ ਵਾਸਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅਤੇ ਰਹੀ ਗੱਲ ਆਉਣ ਵਾਲੇ ਟਾਈਮ ਦੇ ਵਿੱਚ ਅਸੀਂ ਬਹੁਤ ਵਧੀਆ ਵਧੀਆ ਵੀਡੀਓ ਹੋਰ ਵੀ ਲੈ ਕੇ ਆਵਾਂਗੇ ਇਹਦੇ ਨਾਲ ਦੀਆਂ ਅਤੇ ਬਿਕੋਜ਼ ਹੁਣ ਸਟੱਡੀ 4 ਮਹੀਨੇ ਵਾਸਤੇ ਹੈ ਨਹੀਂ ਗੀ ਤਾਂ ਆਪਣਾ ਜ਼ਿਆਦਾਤਰ ਫੋਕਸ ਹੁਣ ਵੀਡੀਓਜ਼ 'ਤੇ ਰਹੂਗਾ ਅਤੇ ਕੰਮ 'ਤੇ ਰਹੂਗਾ ਤੁਹਾਨੂੰ ਪਤਾ ਅਸਾਈਨਮੈਂਟਾਂ ਹੁੰਦੀਆਂ ਤੁਸੀਂ ਦੇਖਿਆ ਹੀ ਪੂਰੀ ਵੀਡੀਓ 'ਚ ਕਿਵੇਂ ਭਜੀਕੜ ਪੈਂਦਾ ਹੈ ਨਾ ਅਸਾਈਨਮੈਂਟਸ ਪਰ ਕੰਮ ਹੁਣ ਇਹ 'ਚ ਇੱਕ ਚੀਜ਼ ਨਿਕਲ ਜਾਣੀ ਅਤੇ ਉਹਦੀ ਥਾਂ 'ਤੇ ਐਡ ਕਰ ਦੇਣੀ ਵੀਡੀਓ ਸੋ ਓਕੇ ਗਾਇਜ਼ ਆਹੀ ਇਨਫੋਰਮੇਸ਼ਨ ਸੀ ਆਹੀ ਮੇਰਾ ਬਿਜੀ ਸਕੇਡਿਊਲ ਜਿਹੜਾ ਮੈਂ ਪਿਛਲੇ 4 ਮਹੀਨੇ ਤੋਂ ਚੱਲਦਾ ਆ ਰਿਹਾ ਸੀਗਾ ਅਤੇ ਉਹਦੇ ਵਿੱਚ ਤੁਹਾਨੂੰ ਕੋਸ਼ਿਸ਼ ਕੀਤੀ ਹੈ ਮੈਂ ਹੈ ਨਾ ਦਿਖਾਉਣ ਦੀ ਕੁਛ ਟਰਾਈ ਕੀਤੀ ਆ ਹੋਪ ਤੁਹਾਨੂੰ ਚੀਜ਼ ਵਧੀਆ ਲੱਗੀ ਹੋਊਗੀ
ਅਤੇ ਆਪਾਂ ਚੱਲੇ ਹਾਂ ਵੀ ਹੁਣ ਘਰ ਅਤੇ ਇਹ ਮੈਂ ਵੋਕ ਥਰੂ ਕਰ ਰਿਹਾ ਕੋਰੀਡੋਰ ਜਿਹੜਾ ਕਿ ਬੱਸ ਡਿੱਗ ਨਹੀਂ ਜਾਂਦਾ ਅਤੇ ਡੈਟਸ ਆਲ ਆਹੀ ਕੁਛ ਆ ਕਾਲਜ ਆ ਪਿੱਛੇ ਆਪਣਾ ਅਤੇ ਸ਼ਾਮ ਦਾ ਟਾਈਮ ਹੋ ਗਿਆ ਹੈਗਾ ਅਤੇ ਓਕੇ ਵੀਰੇ ਡੈਟਸ ਇਟ ਥੈਂਕ ਯੂ ਸੋ ਮੱਚ